मैं निकलना कड़ा सौखा जी, पंच घरों ने पहले हाथ से निकली था, चलो अज मजबूरी का करके आना पै गया, होर की गल जिदा हो रही तंग ठंडे भी बहुत साड़ी एसोसीएशन लोगों की मुश्किल का पता है, सरकार दे असी नाल हाँ, बट एक प्रोसीजर होंदा है गिरफ्तार करन दा, ये नहीं है भी थर्ड परसन कोई भी बाहर जाके कह दे जी मैं फलाने वास्ते ये गल कर रहे हैं तो उस अधिकारी नूं गिरफ्तार कर रहे हैं। ब्यूरोक्रेसी और विजिलेंस की लड़ाई का नतीजा भुगत रहे ने पंजाब दे लोग, जो ठंड के मौसम च मुश्किलां चल दफ्तर पहुंचे पर अगे अफसर कोई ना मिलिया, कुर्सियां खाली सन क्योंकि पीसीएस अफसर तो हड़ताल ते ने। पंजाब के दो वड्डे शहरां दे डीसी अते एसडीएम दफ्तर दीआं तस्वीरां ने इत्थे लोकां दा कोई काम सिरे ना चढ़िया, अगे तो यह परचे लगे पए ने कि अफसर तो छुट्टी ते ने। 9 जनवरी तो पंजाब दे पीसीएस अफसर समूहिक छुट्टी ते गए ने ते उन्हां दी हमायत दे विच पंजाब रेवेन्यू डिपार्टमेंट दे ऑफिसर भी कुर्सियां छड्ड गए ने। ए मोहाली दा जिला प्रबंधकी कंपलैक्स है, अत दी ठंड च इत्थे लोक खज्जल खुआर हो रहे ने, अफसर सरकार नाल रुस्से होए ने ते लोकां दे पल्ले पई है निराशा। पर सानू तां इही है कि नहीं करना चाहीदा, तुसीं तां तंग हो रहे हो। अजी तां हो रहे हां तंग, ठंड वी बहुत आ। मोहाली तो अगे हाल अमृतसर दा भी देख लो, सफाई मुलाजमा दे अलावा दफ्तर च होर कोई नजर ना आया, सन्नाटा ही पसरिया होया। मैं निकलना कड़ा सौखा जी, ਇੱਥੇ ਤੁਹਾਨੂੰ ਜਿਵੇਂ ਪਹੁੰਚ ਕੇ ਪਤਾ ਲੱਗਾ ਵੀ ਹੜਤਾਲ ਚੱਲ ਰਹੀ ਹੈ? ਨਹੀਂ, ਅਸੀਂ ਤਾਂ ਵੱਡੇ ਪਾਪਾ ਚ ਘਰੋਂ ਨਹੀਂ ਪਹਿਲੇ ਹੱਥ ਤੇ ਨਿਕਲੀ ਦਾ, ਚਲੋ ਅੱਜ ਮਜਬੂਰੀ ਦਾ ਕਰਕੇ ਆਉਣਾ ਪੈ ਗਿਆ। 9 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੀਸੀਐਸ ਅਫਸਰਾਂ ਦੀ ਮੀਟਿੰਗ ਹੋਈ ਸੀ, ਉਦੋਂ ਮਾਨ ਸਰਕਾਰ ਸਾਹਮਣੇ ਸ਼ਰਤਾਂ ਰੱਖ ਪੀਸੀਐਸ ਅਫਸਰਾਂ ਨੇ ਤਾਂ ਕਹਿ ਦਿੱਤਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਕੰਮ ਨਹੀਂ ਕਰਨਗੇ। ਸ਼ਰਤਾਂ ਦੀ ਇਹ ਲਿਸਟ ਬਣਾ ਕੇ ਗੇਂਦ ਮਾਨ ਸਰਕਾਰ ਦੇ ਪਾਲੇ 'ਚ ਸੁੱਟ ਦਿੱਤੀ ਹੈ। ਪੀਸੀਐਸ ਅਫਸਰਾਂ ਨੇ ਜੋ ਸ਼ਰਤਾਂ ਰੱਖੀਆਂ ਨੇ, ਪਹਿਲੀ ਸ਼ਰਤ ਇਹ ਕਿ ਪੀਸੀਐਸ ਅਫਸਰ ਨਰਿੰਦਰ ਸਿੰਘ ਧਾਲੀਵਾਲ ਨੂੰ ਛੱਡਿਆ ਜਾਏ। ਤਰਸੇਮ ਚੰਦ ਖਿਲਾਫ ਕੇਸ ਦਰਜ ਕਰਨ ਵਾਲੇ ਵਿਜੀਲੈਂਸ ਅਫਸਰ ਖਿਲਾਫ ਕਾਰਵਾਈ ਮੰਗੀ ਹੈ। ਸੰਬੰਧਿਤ ਅਧਿਕਾਰੀ ਤੇ FIR ਕਰ ਗ੍ਰਿਫਤਾਰੀ ਅਤੇ ਸਸਪੈਂਸ਼ਨ ਦੀ ਮੰਗ ਕੀਤੀ ਗਈ ਹੈ। ਨਰਿੰਦਰ ਧਾਲੀਵਾਲ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਟਾਈਮਲਾਈਨ ਦੀ ਮੰਗ ਕੀਤੀ ਗਈ ਹੈ। ਇੱਕ ਹਫਤੇ ਦੇ ਅੰਦਰ ਜਾਂਚ ਬਾਬਤ ਗਾਈਡਲਾਈਨ ਜਾਰੀ ਹੋਵੇ, ਇਹ ਵੀ ਮੰਗ ਕੀਤੀ ਗਈ ਹੈ। ਵਿਜੀਲੈਂਸ ਵੱਲੋਂ ਹੁਣ ਤੱਕ ਦਰਜ ਕੇਸਾਂ ਦੀ ਮੁੜ ਜਾਂਚ ਦੀ ਵੀ ਮੰਗ ਹੋਈ ਹੈ। ਪੀਸੀਐਸ ਨਰਿੰਦਰ ਸਿੰਘ ਧਾਲੀਵਾਲ ਲੁਧਿਆਣਾ ਦੇ ਵਿੱਚ ਬਤੌਰ ਰੀਜਨਲ ਟਰਾਂਸਪੋਰਟ ਆਫੀਸਰ ਤੈਨਾਤ ਸਨ। 6 ਜਨਵਰੀ ਨੂੰ ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਜਾਂਦਾ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਟਰਾਂਸਪੋਰਟਰਾਂ ਤੋਂ ਇਹ ਰਿਸ਼ਵਤ ਲੈ ਰਹੇ ਸਨ। ਇਸੇ ਦੇ ਨਾਲ ਹੀ ਧਾਲੀਵਾਲ ਸਮੇਤ ਉਹਨਾਂ ਦੇ ਬਾਕੀ ਮੁਲਾਜ਼ਮਾਂ ਦੇ ਉੱਪਰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7A ਅਤੇ 8 ਅਤੇ ਇਸੇ ਦੇ ਨਾਲ ਹੀ IPC ਦੀ ਧਾਰਾ 120 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਜੂਨ 2020 ਦੇ ਵਿੱਚ ਤਰਸੇਮ ਚੰਦ ਜਦੋਂ ਫਰੀਦਕੋਟ ਦੇ ਵਿੱਚ RTA ਦੇ ਤੌਰ ਤੇ ਤੈਨਾਤ ਸਨ ਤਾਂ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ। ਹੁਣ PCS ਯੂਨੀਅਨ ਦੇ ਆਫੀਸਰ ਮੰਗ ਕਰ ਰਹੇ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਦੋਂ ਸਿੱਟ ਬੈਠੀ, ਸਿੱਟ ਦੇ ਵਿੱਚ ਇਹ ਪ੍ਰੂਵ ਹੋਇਆ ਵੀ ਵਿਜੀਲੈਂਸ ਵਿਭਾਗ ਦੇ ਖੁਦ ਕਰਮਚਾਰੀ ਇਸ ਚੀਜ਼ ਦੇ ਵਿੱਚ ਰਲੇ ਹੋਏ ਸੀ। ਐਂਡ ਮੈਂ ਆਪਦੇ ਕੋਲ ਨਹੀਂ ਕਹਿੰਦਾ, ਔਨ ਰਿਕਾਰਡ ਹੈ ਜੀ, ਸਿੱਟ ਦੇ ਵਿੱਚ ਉਸ ਸਮੇਂ ਦੇ DIG ਸਾਹਿਬ ਸੀਗੇ ਵਿਜੀਲੈਂਸ, ਉਹਨਾਂ ਨੇ ਰਿਪੋਰਟ ਦਿੱਤੀ 10ਵੇਂ ਮਹੀਨੇ 2020 ਦੇ ਵਿੱਚ। ਉਹਦੇ ਵਿੱਚ ਇਹ ਸਾਬਤ ਹੋਇਆ ਜੀ, ਵਿਜੀਲੈਂਸ ਵਿਭਾਗ ਦੇ ਕਰਮਚਾਰੀ, ਟਰਾਂਸਪੋਰਟਰ, ਕੁਛ ਏਜੰਟ ਜਿਹੜੇ ਨਹੀਂ ਚਾਹੁੰਦੇ ਸੀ ਵੀ ਲੋਕਾਂ ਦਾ ਸਿੱਧਾ ਕੰਮ ਹੋਵੇ। ਐਂਡ ਇਹ ਗੱਲ ਪ੍ਰੂਵ ਹੋਈ ਵੀ ਮੈਨੂੰ ਇੱਕ ਕੌਨਸਪਰੈਂਸੀ ਦੇ ਵਿੱਚ ਫਸਾਇਆ ਗਿਆ। ਇਸ ਦਾ ਸਬੂਤ ਸਿੱਟ ਦੇ ਵਿੱਚ ਲਿਖਿਆ, ਜਦੋਂ ਕਿ ਪ੍ਰੋਪਰ ਇੱਕ ਪ੍ਰੋਸੀਜਰ ਹੁੰਦਾ ਜੇ ਕੋਈ ਬੰਦਾ ਕੋਈ ਕਿਸੇ ਵੀ ਅਫਸਰ ਦੇ ਨਾਂ ਤੇ ਕੋਈ ਮੰਗਦਾ, ਉਹਦੀ ਪੜਤਾਲ ਹੁੰਦੀ ਹੈ, ਥੋੜੋ ਵੀ ਸ਼ੰਕਾ ਦੇ ਆਧਾਰ ਤੇ ਪਰਚਾ ਕੱਟ ਦੋ। PCS ਐਸੋਸੀਏਸ਼ਨ ਨਾਲ ਮੁੱਖ ਮੰਤਰੀ ਦੀ ਬੈਠਕ ਹੋਈ ਸੀ, ਜਿਸ 'ਚ ਅਫਸਰ ਆਪਣੀਆਂ ਸ਼ਰਤਾਂ ਦੀ ਲਿਸਟ ਫੜਾ ਕੇ ਮੁੜ ਆਏ। ਕੰਮ ਤੇ ਵਾਪਸ ਕਦੋਂ ਮੁੜਨਗੇ ਇਸ ਦਾ ਕੋਈ ਪਤਾ ਨਹੀਂ ਹੈ। ਨਾ ਸਿਰਫ PCS ਸਗੋਂ IAS ਲੌਬੀ ਵੀ ਪੰਜਾਬ ਸਰਕਾਰ ਨਾਲ ਖਫ ਹੈ। ਮੁੱਖ ਮੰਤਰੀ ਦੇ ਵੱਲੋਂ 9 ਜਨਵਰੀ ਨੂੰ ਮੁੱਖ ਸਕੱਤਰ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ। ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਜ਼ਿਕਰ ਹੈ ਕਿ 5 ਜਨਵਰੀ ਨੂੰ IAS ਅਫਸਰ ਦੇ ਖਿਲਾਫ ਜੋ ਕੇਸ ਦਰਜ ਹੈ ਉਸ ਦੇ ਵਿੱਚ 17A ਤਹਿਤ ਮਨਜ਼ੂਰੀ ਨਹੀਂ ਲਈ ਗਈ, ਇਸ ਲਈ ਹਦਾਇਤ ਦਿੱਤੀ ਕਿ ਜਾਂਚ ਪੜਤਾਲ ਕੀਤੀ ਜਾਏ। ਮੁੱਖ ਸਕੱਤਰ ਨੂੰ ਕੇਸਾਂ ਸੰਬੰਧੀ ਬਣਦੀਆਂ ਮਨਜ਼ੂਰੀਆਂ ਚੈੱਕ ਕਰਨ ਦੇ ਆਦੇਸ਼ ਦਿੱਤੇ ਸਨ। ਮੁੱਖ ਸਕੱਤਰ ਨੂੰ ਵਿਜੀਲੈਂਸ ਬਿਊਰੋ ਤੋਂ ਸੰਬੰਧਿਤ ਕੇਸਾਂ ਦਾ ਰਿਕਾਰਡ ਤਲਬ ਕਰਨ ਦੇ ਵੀ ਹੁਕਮ ਨੇ। ਮੁੱਖ ਸਕੱਤਰ ਵਿਜੀਲੈਂਸ ਬਿਊਰੋ ਨੂੰ ਤੈਅ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਹਦਾਇਤ ਦੇਣ, ਅਜਿਹਾ ਵੀ ਮੁੱਖ ਮੰਤਰੀ ਨੇ ਕਿਹਾ ਸੀ।
5 जनवरी नूं इंडस्ट्रियल प्लॉट घोटाले मामले दे विच आईएएस नीलिमा नूं भी नामजद किया गया सी। उस तो बाद आईएएस लॉबी भी मान सरकार नाल नाराज है, इसलिए मुख्यमंत्री मान ने हदायतां जारी कर दित्तियां। मुख सकत्तर तो 10 जनवरी तक एक्शन टेकन रिपोर्ट भी तलब की सी, पर प्लॉट घोटाले मामले च विजिलेंस ने जांच नूं होर रेस दे दित्ती है। गिरफ्तार किए हुए पीएसआईईसी दे कार्यकारी डायरेक्टर एसपी सिंह दे दफ्तर विजिलेंस ने दबिश दित्ती। एसपी सिंह नूं नाल ले जाके विजिलेंस ने पड़ताल कीती। प्लॉट घोटाले दे केस दे विच एसपी सिंह नूं 8 जनवरी नूं गिरफ्तार किया गया सी। इस दे अलावा पंजाब स्टेट इंडस्ट्रियल डेवलपमेंट कारपोरेशन लिमिटेड दे 7 अफसरां नूं भी विजिलेंस गिरफ्तार कर चुकी है। इन्हां दे विचों 4 अफसर 11 जनवरी तक विजिलेंस की हिरासत दे विच ने। इन्हां च ने अंकुर चौधरी स्टेट अफसर, जीएस पाटिया चीफ जनरल मैनेजर योजनाबंदी, परमिंदर सिंह कार्यकारी इंजीनियर, संदीप सिंह एसडी, जदों कि 3 अफसरां नूं न्यायिक हिरासत च भेजा गया। इन्हां दे विच ने आशिमा अग्रवाल एटीपी योजनाबंदी, दविंदरपाल सिंह जीएम परसोनल, रजत कुमार डीए। मामला इसलिए पक्षा क्योंकि इस केस दे विच आईएएस अफसर नीलिमा खिलाफ भी एफआईआर हुई। इल्जाम ने कि इंडस्ट्रियल प्लॉट नूं डिवेलपर कंपनी च तब्दील करन दे सबका मंत्री सुंदर श्याम अरोड़ा भी शामिल सन। इल्जाम ने कि इन्हां वल्लों मिली भगत दे नाल गुलमोहर टाउनशिप कंपनी नूं फायदा पहुंचाया गया। खैर, मामले दी जांच जारी है, पर विजिलेंस दीआं कारवाईआं तों बाद पैदा होई खिचोतान दी स्थिति दा असर पंजाब दे लोकां ते पै रिहा, इस लई विरोधी मान सरकार दुआले हो गए ने। सरकार हर पक्खों टोटली फेल है। गैर तजुर्बेदार ते गैर जिम्मेवार सरकार नूं लोकां ने चुन लिया हैगा। अज हर वर्ग सड़कां ते बैठा होया, किसान बैठे होए ने, मजदूर बैठे होए ने, इंप्लॉईज बैठे हुए ने, तो हुण अफसर भी स्ट्राइक ते आ गए ने। भारतीय जनता पार्टी, अकाली दल, उन्होंने करप्शन का बूटा लाया। कांग्रेस पार्टी ने पानी देके वड्डा कीता। पंजाब दे अंदर इन्हां पार्टियां ने भ्रिष्टाचार फैलाया। अज इन्हां दे नेता जेल जा रहे ने, इन्हां द्वारा पाले हुए लोग जेल जा रहे जिन्हें करप्शन की है। सो इसे गल करके तड़फ रहे ने, पर लेकिन किसी नूं नजायज नहीं फसाया जाऊगा, किसी के खिलाफ कोई वेंडेटा नहीं है, किसी नूं गलत तरीके नाल नहीं होगा। इस बिल्कुल हदायतां जारी मानजोग मुख्यमंत्री साहब ने कीतियां ने कि जिहड़ा डिपार्टमेंट आ उह सही तरीके नाल काम करनगे, पर भ्रिष्टाचार बर्दाश्त नहीं होगा। इस वेले पंजाब दे हालात ये ने कि पंजाब च ब्यूरोक्रेसी अते विजिलेंस आमो सामने हो गई है। मुख्यमंत्री ने विजिलेंस दा रिकॉर्ड भी तलब कीता है। मुख सकत्तर दी ड्यूटी भी लाई है कि चेक कीता जाए कि विजिलेंस नियमां दी पालना कर रही है, ते जेकर कोई खामी पाई गई है तो तुरंत एक्शन भी लवो। विजिलेंस जो पंजाब च भ्रष्टाचार ते नकेल कसन लई अपने एक्शनां लई चर्चा च सी, हुण अफसरां नाल पए पेचे करके विवादां च है।